मैं मनदीप संधू लैके हाजिर हाँ प्रोग्राम जोड़िया। जिवें कि तुहानू पता है कि कुछ जोड़ तां परमात्मा वल्लों जुड़ जांदे ने ते कुछ इंसान अपने कर्मां नाल जोड़दा है। साडी भी यही कोशिश हुंदी है कि तुहाडे रूबरू हर तरह दीआं जोड़ियां करिए, जिवें कि नामवर जोड़ियां, नवीआं विआहीआं जोड़ियां ते उह जोड़ियां जो कि अपने विआह दी वरेगंढ मना रहीआं होण। अज जिहड़ी जोड़ी तुहाडे रूबरू करन जा रहे हाँ उह इक आदर्श अध्यापक जोड़ी होण दे नाल नाल इक सच्चे प्यार दी मिसाल वजों वी जाणी जांदी है। मेरी मुराद पंजाबी यूनिवर्सिटी पटियाला दे पंजाबी विभाग के प्रोफेसर डॉक्टर जिंदरपाल सिंह बराड़ ते उन्हां दी मिसिज डॉक्टर चरणजीत कौर, जो कि खालसा कॉलेज पटियाला विच प्रोफेसर दी सेवावां निभा रहे ने। ਡਾਕਟਰ ਸਾਹਿਬ ਘਰ ਨੇ? ਉਹ ਤਾਂ ਜੀ ਸੈਰ ਕਰਨ ਗਏ ਨੇ। ਅਸੀਂ ਉਹਨਾਂ ਨੂੰ ਇੱਕ ਮਿੰਟ ਮਿਲਣਾ ਸੀਗਾ ਤੇ ਤੁਸੀਂ ਸਾਡੇ ਨਾਲ ਚੱਲੋ। ਗੱਲਾਂ ਕਰ ਜ਼ਰੂਰ ਚੱਲੋ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਚਰਨਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਸੀਂ ਆਪਣੇ ਦਰਸ਼ਕਾਂ ਲਈ ਤੁਹਾਡੇ 2 ਮਿੰਟ ਲੈਣਾ ਚਾਹੁੰਦੇ ਆ, ਲੈ ਲਈਏ ਜੀ? ਕੋਈ ਗੱਲ ਨਹੀਂ, ਲਓ ਜੀ। ਅੱਛਾ ਜੀ, ਤੁਸੀਂ ਦੋਨੋਂ ਪ੍ਰੋਫੈਸਰ ਹੋ ਤੇ ਤੁਸੀਂ ਕਿਹੜੇ ਕਿਹੜੇ ਡਿਪਾਰਟਮੈਂਟ ਦੇ ਵਿੱਚ ਹੋ? ਮੈਂ ਪੰਜਾਬੀ ਡਿਪਾਰਟਮੈਂਟ 'ਚ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦਾ। ਚਰਨਜੀਤ ਕੌਰ ਜੀ ਖਾਲਸਾ ਕਾਲਜ ਪਟਿਆਲਾ ਵਿਖੇ ਪੜ੍ਹਾਉਂਦੇ ਆ ਜੀ। ਅੱਛਾ ਜੀ, ਤੁਹਾਡੀ ਲਵ ਮੈਰਿਜ ਹੋਈ ਹੈ ਕਿ ਅਰੇਂਜ ਮੈਰਿਜ? ਲਵ ਮੈਰਿਜ। ਹਾਂਜੀ, ਕਿੰਨਾ ਟਾਈਮ ਹੋ ਗਿਆ ਤੁਹਾਡੀ ਮੈਰਿਜ ਹੋਈ ਨੂੰ? 22 ਸਾਲ ਹੋ ਗਏ ਜੀ ਸਾਡੇ ਵਿਆਹ ਹੋਏ ਨੂੰ। ਅੱਛਾ, ਤੁਸੀਂ ਜਦੋਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਦੇਖਿਆ ਤੇ ਉਹ ਕਿਹੜਾ ਟਾਈਮ ਸੀ ਜਦੋਂ ਤੁਹਾਡੀ ਗੱਲਬਾਤ ਹੋਈ ਤੇ ਤੁਹਾਨੂੰ ਲੱਗਿਆ ਕਿ ਹਾਂ ਇਹ ਪਰਸਨ ਹੈ ਜਿਹੜਾ ਮੇਰੀ ਲਾਈਫ ਦੇ ਵਿੱਚ ਆ ਸਕਦਾ ਹੈ? ਕਦ ਸਾਹਾਂ ਵਿੱਚ ਕੋਈ ਵਸ ਗਿਆ, ਕਦ ਨਾਗ ਇਸ਼ਕ ਦਾ ਡਸ ਗਿਆ, ਮੈਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਪਿਆਰ ਹੋ ਗਿਆ। ਅੱਛਾ ਜੀ, ਆਪਣੇ ਆਪ ਹੀ ਬਸ ਅਟਰੈਕਸ਼ਨ ਹੋ ਗਈ ਤੁਹਾਡੀ, ਹੈ? ਅਤੇ ਲਵ ਮੈਰਿਜ ਦੇ ਵਿੱਚ ਇਹ ਹੁੰਦਾ ਹੈ ਕਿ ਅਕਸਰ ਪੇਰੈਂਟਸ ਦੇ ਕੰਟਰੋਵਰਸੀ ਫੇਸ ਕਰਨੀ ਪੈਂਦੀ ਹੈ, ਅਤੇ ਤੁਹਾਨੂੰ ਵੀ ਆਪਣੇ ਪੇਰੈਂਟਸ ਦੇ ਅਗੇਂਸਟ ਜਾਣਾ ਪਿਆ ਕਿ ਉਹ ਈਜ਼ੀਲੀ ਮੰਨ ਗਏ? ਨਹੀਂ, ਕੋਈ ਬਹੁਤੇ ਅਗੇਂਸਟ ਨਹੀਂ ਗਏ, ਪਰ ਈਜ਼ੀਲੀ ਮੰਨਣ ਵਾਲੀ ਗੱਲ ਵੀ ਨਹੀਂ ਇਹ ਕਿ ਇੱਕ ਵਾਰ ਤਾਂ ਉਹਨਾਂ ਨੇ ਜ਼ਰੂਰ ਸੋਚਿਆ ਜਾਂ ਸਾਰੀ ਗੱਲ ਨੂੰ ਪੜਤਾਲ ਲਿਆ, ਪਰ ਕੋਈ ਬਹੁਤਾ ਲੰਮਾ ਸਮਾਂ ਕੋਈ ਇਸ ਕਿਸਮ ਦਾ ਕੋਈ ਝਗੜਾ ਹੋਇਆ ਹੋਵੇ ਅਜਿਹੀ ਨਹੀਂ ਕੋਈ ਗੱਲ। ਅਤੇ ਚਰਨਜੀਤ ਜੀ, ਅਕਸਰ ਹੀ ਵੇਖਣ ਨੂੰ ਤਾਂ ਮਿਲਦਾ ਕਿ ਲੜਕੀਆਂ ਨੂੰ ਜ਼ਿਆਦਾ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ, ਜ਼ਿਆਦਾ ਆਪਣੇ ਪੇਰੈਂਟਸ ਨੂੰ ਮਨਾਉਣਾ ਪੈਂਦਾ ਹੈ, ਅਤੇ ਤੁਹਾਨੂੰ ਵੀ ਇਸ ਤਰ੍ਹਾਂ ਦੀ ਕਰਨੀ ਪਈ ਕੋਸ਼ਿਸ਼? ਦੇਖੋ ਜੀ, ਲੜਕੀਆਂ ਦਾ ਮਾਮਲਾ ਹੁੰਦਾ ਹੈਗਾ, ਹਰ ਮਾਪੇ ਦੀ ਇਹ ਫਿਕਰਮੰਦੀ ਹੁੰਦੀ ਹੈ ਧੀਆਂ ਦੇ ਮਾਮਲੇ ਦੇ ਵਿੱਚ। ਮੇਰੇ ਬਾਪੂ ਜੀ ਵੀ ਕਾਫੀ ਫਿਕਰਮੰਦ ਸੀ ਕਿ ਇੱਕ ਪੜ੍ਹਿਆ ਲਿਖਿਆ ਲੜਕਾ ਕਿਉਂ ਕਿਸੇ ਲੜਕੀ ਨਾਲ ਬਿਨਾਂ ਕਿਸੇ ਲਾਲਚ ਦੇ ਬਿਨਾਂ ਦਾਜ ਦਹੇਜ ਦੇ ਵਿਆਹ ਕਰਵਾਏਗਾ। ਉਹਨਾਂ ਨੂੰ ਉਸ ਵੇਲੇ ਇਸ ਗੱਲ ਦਾ ਭਰੋਸਾ ਨਹੀਂ ਸੀ, ਪਰ ਜਦੋਂ ਉਹਨਾਂ ਨੂੰ ਲੱਗਣ ਲੱਗ ਗਿਆ ਕਿ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਅਤੇ ਉਹਨਾਂ ਦੀ ਸਹਿਮਤੀ ਨਾਲ ਸਾਡਾ ਵਿਆਹ ਹੋਇਆ, ਅਤੇ ਸਾਰੇ ਉਹਨਾਂ ਦੇ ਜਿਹੜੇ ਗਿਲੇ ਸ਼ਿਕਵੇ ਆ ਦੂਰ ਹੁੰਦੇ ਰਹੇ। ਕੋਈ ਸਮੱਸਿਆ ਉਸ ਤੋਂ ਬਾਅਦ ਨਹੀਂ ਆਈ, ਪਹਿਲਾਂ ਪਹਿਲਾਂ ਜ਼ਰੂਰ ਸਮਝਣ ਦੇ ਵਿੱਚ ਇਹ ਗੱਲ ਆਈ ਸੀ, ਅਤੇ ਆਉਣੀ ਹੀ ਕੁਦਰਤੀ ਹੈ। ਹਾਂਜੀ, ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਵੀ ਲਵ ਮੈਰਿਜ ਕਰਵਾਉਣ? ਅਸੀਂ ਕੋਈ ਐਂ ਜ਼ਬਰਦਸਤੀ ਤਾਂ ਉਹਨਾਂ ਦੀ ਲਵ ਮੈਰਿਜ ਕਰਨੀ ਨਹੀਂ, ਜੇ ਮਤਲਬ ਕਿ ਉਹਨਾਂ ਦਾ ਲਵ ਹੋਇਆ ਤਾਂ ਫਿਰ ਉਹਨਾਂ ਦੀ ਮੈਰਿਜ ਵੀ ਹੋ ਜੂਗੀ। ਇਸ ਤਰ੍ਹਾਂ ਨਹੀਂ ਕੋਈ ਵੀ ਇਹ ਜ਼ਰੂਰੀ ਆ, ਮੈਂ ਕਿਹਾ ਇਹ ਤਾਂ ਮਨ ਦਾ ਅਹਿਸਾਸ ਆ, ਜੇ ਉਹਨਾਂ ਦਾ ਜਾਗਿਆ ਤਾਂ ਮੈਂ ਕਿਹਾ ਅਸੀਂ ਕੋਈ ਅੜਿੱਕਾ ਨਹੀਂ ਬਣਾਂਗੇ। ਅਤੇ ਚਰਨਜੀਤ ਜੀ, ਤੁਸੀਂ ਵੀ ਇਹਨਾਂ ਦੀ ਗੱਲ ਨਾਲ ਸਹਿਮਤ ਹੋ? ਬਿਲਕੁਲ ਸਹਿਮਤ ਹਾਂ ਜੀ, ਜੇ ਅਸੀਂ ਆਪਦੇ ਇਸ ਅਧਿਕਾਰ ਦੀ ਵਰਤੋਂ ਕੀਤੀ ਆ ਅਸੀਂ ਬੱਚਿਆਂ ਨੂੰ ਵੀ ਪੂਰਨ ਰੂਪ ਵਿੱਚ ਖੁੱਲ੍ਹ ਦੇਵਾਂਗੇ। ਹਾਂ, ਉਹੀ ਫਿਕਰਮੰਦੀ ਦੀ ਮੈਂ ਗੱਲ ਜ਼ਰੂਰ ਕਰਾਂਗੀ, ਮਾਪੇ ਦੀ ਫਿਕਰਮੰਦੀ ਹੁੰਦੀ ਆ, ਸਾਡੀ ਵੀ ਇਹ ਫਿਕਰਮੰਦੀ ਰਹੇਗੀ ਕਿ ਸਾਡੇ ਬੱਚੇ ਜਿੱਥੇ ਵਿਆਹ ਕਰਾਉਣ ਉਹਨਾਂ ਦਾ ਜਿਹੜਾ ਜ਼ਿੰਦਗੀ ਦਾ ਹਮ ਸਫ਼ਰ ਹੋਵੇ ਉਹ ਉਹਨਾਂ ਨਾਲ ਕੋਈ ਧੋਖਾ ਕਰਨ ਵਾਲਾ ਨਾ ਹੋਵੇ, ਚੰਗਾ ਹੋਵੇ। ਇਸ ਗੱਲ ਨੂੰ ਪੜਤਾਲਣਾ ਹਰ ਮਾਪੇ ਦੀ ਇੱਕ ਜ਼ਿੰਮੇਵਾਰੀ ਹੈ, ਉਹ ਜ਼ਿੰਮੇਵਾਰੀ ਤਾਂ ਅਸੀਂ ਵੀ ਨਿਭਾਵਾਂਗੇ, ਅਤੇ ਅਸੀਂ ਚਾਹਾਂਗੇ ਕਿ ਜਿੱਥੇ ਵੀ ਉਹ ਵਿਆਹ ਕਰਾਉਣ ਸਾਨੂੰ ਸਹਿਮਤ ਜ਼ਰੂਰ ਕਰ ਲੈਣ, ਅਤੇ ਹੋਵੇ ਉਹ ਉਹਨਾਂ ਦੀ ਪਸੰਦੀਦਾ ਹੀ। ਅੱਛਾ ਜੀ, ਤੁਸੀਂ ਇਹਨਾਂ ਦੇ ਗੁਣਾਂ ਨੂੰ ਪਸੰਦ ਕੀਤਾ, ਤੁਹਾਡੀ ਜ਼ਿੰਦਗੀ ਦੇ ਵਿੱਚ ਆਏ, ਪਰ ਹਰੇਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਔਗੁਣ ਤਾਂ ਜ਼ਰੂਰ ਹੁੰਦਾ ਹੈ, ਇਹਨਾਂ ਦੇ ਵਿੱਚ ਕੋਈ ਇੱਦਾਂ ਦੀ ਕਮੀ ਹੈ ਜਿਹੜੀ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਸੁਧਾਰਨੀ ਚਾਹੀਦੀ ਹੈ? ਦੇਖੋ ਜੀ, ਕਮੀਆਂ ਤੋਂ ਬਿਨਾਂ ਤਾਂ ਕੋਈ ਵੀ ਇਨਸਾਨ ਹੋ ਨਹੀਂ ਸਕਦਾ, ਲੇਕਿਨ ਜਿੱਥੋਂ ਤੱਕ ਰਜਿੰਦਰ ਦਾ ਸਵਾਲ ਹੈ, ਇਹ ਮੇਰੇ ਲਈ ਸੋਨੇ ਦਾ ਗਹਿਣਾ ਨੇ, ਪਰ ਅਫਸੋਸ ਕਿ ਖੋਟ ਪਾਏ ਬਿਨਾਂ ਗਹਿਣਾ ਬਣਦਾ ਨਹੀਂ, ਸੋ ਮੈਂ ਇਹਨਾਂ ਨੂੰ ਗਹਿਣੇ ਵਾਂਗੂ ਸਜਾਇਆ ਹੋਇਆ, ਜੈਸੇ ਵੀ ਨੇ ਪਰਵਾਨ ਨੇ। ਅਤੇ ਚਰਨਜੀਤ ਜੀ, ਤੁਸੀਂ ਕਦੀ ਸੋਚਿਆ ਕਿ ਇਹ ਡਾਕਟਰ ਸਾਹਿਬ ਕਿਤੇ ਕਿਸੇ ਜ਼ਿੰਦਗੀ ਦੇ ਕਿਸੇ ਮੋੜ 'ਤੇ ਤੁਹਾਨੂੰ ਛੱਡ ਕੇ ਚਲੇ ਜਾਣ, ਅਤੇ ਫਿਰ ਕੀ ਹੋਏਗਾ? ਦੇਖੋ ਜੀ, ਇਸ ਬਾਰੇ ਮੈਂ ਤੁਹਾਨੂੰ ਸੁਖਵਿੰਦਰ ਅਮਰ ਦਾ ਇੱਕ ਸ਼ੇਅਰ ਸੁਣਾ ਦਿੰਦੀ ਹਾਂ ਕਿ ਮੈਂ ਉਸਦੀ ਪੈੜ ਨਹੀਂ ਕਿ ਛੱਡ ਕੇ ਤੁਰ ਜਾਏਗਾ ਮੈਨੂੰ, ਮੈਂ ਉਸਦਾ ਗੀਤ ਹਾਂ ਸਾਰੇ ਸਫ਼ਰ ਵਿੱਚ ਗਾਏਗਾ ਮੈਨੂੰ।
वाह जी वाह, शेर तो बहुत ही वधिया है। डॉक्टर साहब तुहाड़े परिवार दे विच कौन कौन ने? देखो दो बेटियां ने, एक तो बेटी तुहानू लैके आई है, एक बेटी आ साडे नाल स्केटिंग करदी फिरदी आ, सैर करदी सीगी। बस दो बेटियां ने, वाइफ है, छोटा जिहा परिवार। ते तुहाडे नाल तो असीं बहुत गल्लां कीतीआं, ते बाकी गल्लां असीं तुहाडे घर जाके करांगे। डॉक्टर साहब साढ़े दर्शकों को यह भी दस दो कि ब्याह का जो चक्कर है सिलसिला वह कितों शुरू होया? यूनिवर्सिटी के जो मैं पढ़न आया, एम फिल करन आया, तो ये इतने पहले ही सर्विस करते। अच्छा। एक फंक्शन दे कोई आदमी के पुठियां सीधियां गल्लां कर रहा है, वह गल्लां मैनू भी नहीं पसंद सीगियां, पर एक कुड़ी ने बड़ी जुरत नाल खड़ी होकर उन्होंने सारिया गल्लां ते आर्गूमेंट करना शुरू किया, वह बंदे नाल तर्क वितर्क करने शुरू किए, तो मेरी उस कुड़ी च दिलचस्पी हो गई, वह कुड़ी कोई होर नहीं सी। जीवन गुजारन की कोई हो, पर एक कुड़ी तुहाडे मन दे विच, एक सुपना तुहाडे मन दे विच वसिया हुंदा है कि मैं जिस नूं जीवन साथी चुनना है वह ऐस किस्म की कुड़ी हो सकती है, तो इहदे बोलन दे अंदाज तों इहदा चेहरा मोहरा सारा कुछ मैनूं इस तरह लगे कि जिस कुड़ी की मैं तलाश चाह यह कुड़ी हैगी है, तो उदू बाद गल्लां हुण सारियां तां नहीं ना तुहानूं जां दर्शकां दस्सियां जा सकदियां। ते ए जॉब तुसी दोनों ही करदे हो, घर दे कम्मां दे विच वी तुहाडी हेल्प करांदे ने? बिल्कुल करांदे ने। अच्छा, दसो किहड़े किहड़े काम करदे ने? सारे करवा दिंदे ने जी। इहदे बारे मैं तुहानूं इक मजाक वाली गल सुना दिंनी आ कि मैनू ना, क्योंकि काफ़ी सहयोगी ने मेरे घर के कम्मां दे विच वी, ते उह कुदरती आ पति पत्नी की नोक झोक हो ही जांदे आ, ते मैनू इह कहण लगे वी देख मैं तेरे भांडे भी मांज दिंदा, देख मैं तेरे इह काम भी कर दिंदा, मैं तेरे कपड़े भी धो दिंदा। मैं चलो ठीक है वी तुसीं कपड़े धो दिंदे, मैं काफ़ी धन्नवादी आ तुहाडी। पर होया कि एक दिन साढ़े कोल फी अटकार होंदी सीगी 22 नंबर फाटक ते पटियाले दे गम्मा गम्मा बाजार हैगा, ते उस वेले साड़ी कार उत्थे खराब हो गई, ते मैनूं डॉक्टर साहब कहिंदे वी हुण की करिए चरणजीत, मैं क्या विच बैठो एडी की गल है, मैनूं उदों कार नहीं सी ड्राइव करनी आउंदी, ते मैं पिछों लाया धक्का ते कार स्टार्ट हो गई। ते हुण जदों मैनूं कदी इह भांडां दा ताना मार दिंदे ने, ते मैं इहनां नूं कह दिंदी आ भरे बाजार दे विच कोई औरत कार नूं वी धक्का ला के दिखावे, जे मैं तुहाडी कार नूं धक्का ला सकदी आं ते कोई गल नहीं, जे तुसीं मेरे भी कम कर दिंदे हो। तुसीं बोलण नहीं दिंदे ना? नहीं नहीं, इहो जी कोई गल नहीं, मेरे कहिण दा मतलब इही है कि पति पत्नी एक दूजे दे सहयोगी होण, कोई भी कम ऐसा नहीं कि सिर्फ मर्द दे ही जिम्मे लग्गिया, कोई कम ऐसा नहीं जिहड़ा औरत दे, असीं आपसी साझेदारी नाल सारे ही कम कर लैंदे आ। ते तुहानूं इहनां दे हद्दी बणी किहड़ी चीज़ सब तों ज़्यादा पसंद आउंदी है? किहनां दी? मेरी बणी? हांजी हांजी बिल्कुल तुहाडी। मैनू देखो जी रोटी नहीं बनानी आती। हाँ, मैं ना जो काम आ ना सिर्फ वह चाह बनाने तक सी। पर उस दे विच पता नहीं तां मुहब्बत दा रंग घुलिया सी, ते मैनूं चाह बहुत ही स्वाद लगी, ते मैं इन्हां नूं कहा वी एक दिन चाह पिउणी बहुत सौखी है, उम्र भर पिउणी बहुत औखी है। ਅਤੇ ਇਹਨਾਂ ਨੇ ਕਿਹਾ ਵੀ ਕੋਈ ਨਹੀਂ, ਫਿਰ ਤੂੰ ਮੇਰਾ ਦਿਲ ਨਹੀਂ ਦੇਖਿਆ। ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਮੇਰੇ ਲਈ ਚਾਹ ਤਾਂ ਇਹੀ ਬਣਾਉਂਦੇ ਆ ਜੀ, ਗੈਸਟਾਂ ਲਈ ਭਾਵੇਂ ਮੈਂ ਬਣਾਈ ਜਾਵਾਂ। ਇਹਦੇ ਦਾ ਕਾਰਨ ਇਹ ਵੀ ਹੋਵੇ ਕਿ ਮੈਨੂੰ ਇਕੱਲੀ ਚਾਹ ਹੀ ਬਣਾਉਣੀ ਆਉਂਦੀ, ਹੋਰ ਮੈਨੂੰ ਕੁਛ ਵੀ ਮਾ ਕੇ ਰਸੋਈ ਦਾ ਬਣਾਉਣਾ ਨਹੀਂ ਆਉਂਦਾ ਗਾ। ਆਮ ਕਰਕੇ ਜਿਹੜੇ ਸਾਡੇ ਦੋਸਤ ਮਿੱਤਰ ਹੈਗੇ ਆ ਬਹੁਤ ਸਾਰੇ, ਜਿਹੜੇ ਉਹ ਕਦੇ ਕਦੇ ਹੋਸਟਲਾਂ ਜ਼ਿੰਦਗੀ 'ਚ ਰਹੇ ਆ, ਉਹ ਰੋਟੀ ਬਣਾਉਣੀ ਜਾਣਦੇ ਨੇ, ਅਤੇ ਉਹ ਜਾਂ ਹੋਰ ਮੀਟ ਵਗੈਰਾ ਬਣਾ ਲੈਂਦੇ ਨੇ, ਜਾਂ ਕਹਿੰਦੇ ਕਿ ਆਮਲੇਟ ਤਾਂ ਹਰ ਕੋਈ ਬਣਾ ਲੈਂਦਾ, ਪਰ ਜਿਹੜੇ ਬੰਦਾ ਹਰ ਕੋਈ ਵੀ ਬਣਾ ਲੈਂਦਾ ਮੈਨੂੰ ਉਹ ਵੀ ਚੀਜ਼ ਬਣਾਉਣੀ ਨਹੀਂ ਆਉਂਦੀ। ਸ਼ਾਇਦ ਇਹ ਵੀ ਕਾਰਨ ਹੈ ਕਿ ਮੈਂ ਜ਼ਿੰਦਗੀ 'ਚ ਇੱਦਾਂ ਜੇ ਮੈਂ ਕਿ ਜੇ ਤੁਸੀਂ ਇਉਂ ਕਿਸੇ ਚੀਜ਼ ਨੂੰ ਉੱਚਾ ਜਾਂ ਨੀਵਾਂ ਮੰਨ ਲਓ ਨਾ, ਤਾਂ ਫਿਰ ਇਹ ਹੈ ਕਿ ਮੁਹੱਬਤ ਨਹੀਂ, ਫਿਰ ਇਹ ਕਿ ਤੁਸੀਂ ਕਿਸੇ ਹੋਰ ਸਮਝੌਤਿਆਂ 'ਚ ਪਏ ਹੋ। ਤੇ ਜੇ ਤੁਹਾਡੇ ਮਨਾਂ 'ਚ ਮੁਹੱਬਤ ਆ ਤਾਂ ਫਿਰ ਤੇ ਗੱਲਾਂ ਬਾਤਾਂ ਕੰਮ ਕੁੰਮ ਤੇ ਬਹੁਤ ਛੋਟੀਆਂ ਗੱਲਾਂ ਹੁੰਦੀਆਂ। ਤੇ ਤੁਹਾਡੇ ਲਈ ਕੋਈ ਖਾਸ ਸਪੈਸ਼ਲ ਚੀਜ਼ ਬਣਾਉਂਦੇ ਨੇ? ਜੋ ਚੀਜ਼ ਵੀ ਬਣਾਉਂਦੇ ਉਹੀ ਸਪੈਸ਼ਲ ਬਣਾਉਂਦੇ ਆ ਜੀ।
ਅੱਛਾ ਜੀ ਤੁਹਾਨੂੰ ਨਾ ਹਰੇ ਚੀਜ਼ ਸਪੈਸ਼ਲ ਲੱਗਦੀ ਹੈ ਹਰ ਚੀਜ਼ ਮੈਂ ਤਾਂ ਦੀ ਸਪੈਸ਼ਲ ਲੱਗਦੀ ਹੈਗੀ ਹੈ ਕਈ ਵਾਰ ਮਤਲਬ ਕਿ ਕੜੀ ਬਣਾ ਦੇਣ ਮੈਨੂੰ ਤਾਂ ਉਹ ਬੜੀ ਵਧੀਆ ਲੱਗਦੀ ਹੈ ਮੀਟ ਬਣਾ ਦੇਣ ਉਹ ਬੜੀ ਵਧੀਆ ਲੱਗਦੀ ਹੈ ਭੁੜਥਾ ਬਣਾ ਦੇਣ ਮੈਨੂੰ ਉਹ ਬੜਾ ਵਧੀਆ ਲੱਗਦਾ ਨਾ ਵੀ ਕੁਝ ਬਣਾਉਣ ਉਹ ਵੀ ਵਧੀਆ ਲੱਗਦਾ ਉਹ ਵੀ ਵਧੀਆ ਲੱਗਦਾ ਫਿਰ ਕਹਿੰਦੇ ਕਿ ਚਲੋ ਬਾਹਰ ਜਾ ਕੇ ਖਾ ਜਾਂਦੇ ਡਾਕਟਰ ਸਾਹਿਬ ਤੁਹਾਡਾ ਦੋਵਾਂ ਦਾ ਇੱਕੋ ਹੀ ਪ੍ਰੋਫੈਸ਼ਨ ਹੈ ਟੀਚਿੰਗ ਪ੍ਰੋਫੈਸ਼ਨ ਤੇ ਇਹਦੇ ਵਿੱਚ ਤੁਸੀਂ ਪੰਜਾਬੀ ਦੇ ਦੋਨੋਂ ਹੀ ਟੀਚਰ ਹੋ ਤੇ ਕਦੀ ਬੋਰੀਅਤ ਮਹਿਸੂਸ ਕੀਤੀ ਵੀ ਘਰੇ ਆ ਕੇ ਵੀ ਤੁਸੀਂ ਪੰਜਾਬੀ ਗੱਲਾਂ ਕਰਦੇ ਹੋ ਆਪਣੇ ਆਪਸ ਦੇ ਵਿੱਚ ਕਿ ਹਾਂ ਮੈਂ ਬੱਚੇ ਨੂੰ ਆਹ ਪੜਾਇਆ ਤੁਸੀਂ ਕਹਿੰਦੇ ਹੋ ਮੈਂ ਬੱਚੇ ਨੂੰ ਆਹ ਪੜਾਇਆ ਕਿ ਬੋਰੀਅਤ ਤਾਂ ਨਹੀਂ ਮਹਿਸੂਸ ਹੁੰਦੀ ਤੁਹਾਨੂੰ ਨਹੀਂ ਬਿਲਕੁਲ ਨਹੀਂ ਬੋਰੀਅਤ ਮਹਿਸੂਸ ਹੁੰਦੀ ਉਲਟਾ ਇਹ ਕਿ ਅਸੀਂ ਤਾਂ ਇਸ ਗੱਲ ਨੂੰ ਬਹੁਤ ਜ਼ਿਆਦਾ ਇੰਜੋਏ ਕਰਦੇ ਹਾਂ ਇਸ ਗੱਲ 'ਚ ਬਹੁਤ ਜ਼ਿਆਦਾ ਆਨੰਦ ਲੈਂਦੇ ਹਾਂ ਅਤੇ ਸਭ ਤੋਂ ਵੱਡੀ ਗੱਲ ਇਹ ਕਿ ਅਸੀਂ ਤਾਂ ਮਾ ਕੇ ਜ਼ੋਰ ਲਾ ਕੇ ਇੱਕ ਪ੍ਰੋਫੈਸ਼ਨ 'ਚ ਹੋਏ ਹਾਂ ਕਿਉਂਕਿ ਜਦੋਂ ਅਸੀਂ ਮਿਲੇ ਸੀ ਉਸ ਸਮੇਂ ਇਹ ਦਫ਼ਤਰ ਦੇ ਵਿੱਚ ਕੰਮ ਕਰਦੇ ਸੀਗੇ ਅਤੇ ਇਹ ਗੱਲ ਨਾਲ ਬਿਲਕੁਲ ਹੀ ਮਾ ਕੇ ਅਸੀਂ ਤਾਂ ਸਮਾਂ ਇੰਨਾ ਜ਼ਿਆਦਾ ਇੰਜੋਏ ਕਰਦੇ ਹਾਂ ਕਿ ਨਿੱਕੀ ਨਿੱਕੀ ਜਿਹੜੀ ਗੱਲ ਆ ਉਹ ਅਸੀਂ ਸਾਂਝੀ ਕਰਦੇ ਹਾਂ ਸਾਡਾ ਸੰਬੰਧ ਬਹੁਤਾ ਆਲੋਚਨਾ ਨਾਲ ਆ ਕਿਤਾਬਾਂ ਪੜ੍ਹਨ ਵਾਲਾ ਕੋਈ ਨਾਵਲ ਕੋਈ ਕਹਾਣੀ ਕਿੱਦਾਂ ਮੈਨੂੰ ਲੱਗੀ ਕਿੱਦਾਂ ਇਹਨੂੰ ਲੱਗੀ ਕਈ ਗੱਲਾਂ ਤਾਂ ਇਹ ਸੀਗੀਆਂ ਪਹਿਲਾਂ ਅਸੀਂ ਵੀ ਇਕੱਠੀਆਂ ਪਹਿਲਾਂ ਡਿਸਕਸ ਕਰ ਲੈਂਦੇ ਸੀ ਫਿਰ ਜੇ ਉਸ ਵਿਸ਼ੇ ਉੱਤੇ ਮੇਰਾ ਜੀ ਕਰਦਾ ਸੀ ਮੈਂ ਲਿਖ ਦਿੰਦਾ ਸੀ ਜਿਹਨਾਂ ਦਾ ਜੀ ਕਰਦਾ ਸੀ ਇਹ ਲਿਖ ਦਿੰਦੇ ਸੀਗੇ ਪਰ ਇੱਕ ਦੋ ਵਾਰ ਅਸੀਂ ਅਜਿਹਾ ਤਜਰਬਾ ਵੀ ਕੀਤਾ ਕਿ ਇੱਕੋ ਕਿਤਾਬ ਅਸੀਂ ਕਿਹਾ ਕਿ ਮੈਂ ਤਾਂ ਇਹਨੂੰ ਨਹੀਂ ਦੱਸਦਾ ਕਿ ਮੈਂ ਕੀ ਲਿਖਣ ਲੱਗਿਆ ਤੂੰ ਮੈਨੂੰ ਨਾ ਦੱਸੀ ਕਿ ਤੂੰ ਕੀ ਲਿਖਣ ਲੱਗੀ ਹੈ ਬਾਅਦ ਦੇ ਵਿੱਚ ਆਪਾਂ ਮਿਲਾਵਾਂਗੇ ਤਾਂ ਉਹਦੇ ਵਿੱਚ ਅਸੀਂ ਵੇਖਿਆ ਕਿ ਸਾਡੇ ਵਿਚਾਰ ਕਈ ਵਾਰ ਬਿਲਕੁਲ ਹੀ ਵੱਖਰੋ ਵੱਖਰੇ ਤਰਕਾਂ ਵਿਤਰਕਾਂ ਰਾਹੀਂ ਚੱਲਦੇ ਅੰਤਮ ਤੌਰ 'ਤੇ ਭਾਵੇਂ ਇੱਕੋ ਸਿੱਟੇ 'ਤੇ ਪੁੱਜਦੇ ਆ ਪਰ ਉਹਦੇ ਲਈ ਦਲੀਲਾਂ ਬਿਲਕੁਲ ਵੱਖਰੀਆਂ ਹੁੰਦੀਆਂ ਅਸੀਂ ਤਾਂ ਇਸ ਚੀਜ਼ ਨੂੰ ਵੀ ਇੰਜੋਏ ਕਰਦੇ ਹਾਂ ਕਦੇ ਵੀ ਇਸ ਚੀਜ਼ ਨੂੰ ਸਾਨੂੰ ਇਹ ਨਹੀਂ ਲੱਗਿਆ ਗਿਆ ਕਿ ਇਹ ਕੋਈ ਰੋਕ ਬਣਦੀ ਹੈ ਸਾਨੂੰ ਤਾਂ ਲੱਗਦਾ ਕਿ ਇਹ ਬੜੀ ਦਿਲਚਸਪ ਗੱਲ ਆ ਕਿ ਅਸੀਂ ਇੱਕ ਦੂਸਰੇ ਨਾਲ ਹਰ ਗੱਲ ਸਾਂਝੀ ਕਰ ਸਕਦੇ ਹਾਂ ਸਾਡੀਆਂ ਛੁੱਟੀਆਂ ਸਾਂਝੀਆਂ ਨੇ ਸਾਡਾ ਜ਼ਿੰਦਗੀ ਦਾ ਤੜਕੇ ਸੁਬਾਹ ਉੱਠਣ ਤੋਂ ਲੈ ਕੇ ਕੰਮ ਕਾਰ ਸਾਂਝਾ ਅਤੇ ਇਹਦੇ ਨਾਲ ਸਾਨੂੰ ਤਾਂ ਲੱਗਦਾ ਕਿ ਬੜਾ ਸੌਖਾ ਅਤੇ ਬੜਾ ਆਨੰਦ ਭਰਪੂਰ ਹੈਗਾ ਅੱਛਾ ਜੀ ਅਤੇ ਡਾਕਟਰ ਸਾਹਿਬ ਚਰਨਜੀਤ ਜੀ ਬਹੁਤ ਸਾਰੀਆਂ ਬੁੱਕਸ ਲਿਖਦੇ ਨੇ ਔਰਤ ਦੇ ਹੱਕਾਂ ਬਾਰੇ ਲਿਖਦੇ ਨੇ ਕਿ ਔਰਤ ਨੂੰ ਆਪਣੇ ਹੱਕਾਂ ਲਈ ਲੜਨਾ ਚਾਹੀਦਾ ਹੈ ਬੋਲਦੇ ਰਹਿੰਦੇ ਆ ਜੀ ਸਟੇਜਾਂ ਤੇ ਜਾ ਜਾ ਬੋਲਦੇ ਹੈਗੇ ਆ ਸੈਮੀਨਾਰਾਂ 'ਚ ਬੋਲਦੇ ਆ ਹਾਂਜੀ ਹਾਂਜੀ ਅਤੇ ਘਰੇ ਵੀ ਹੁੰਦਾ ਵੀ ਆਪਣੇ ਹੱਕ ਲਈ ਲੜਦੇ ਨੇ ਮੇਰਾ ਤਾਂ ਖਿਆਲ ਜਿੰਨੇ ਕੁ ਹੱਕ ਹੋ ਸਕਦੇ ਨੇ ਹਾਂਜੀ ਉਹਨੇ ਹੱਕ ਮੈਂ ਸਾਰੇ ਦਿੱਤੇ ਹੋਏ ਆ ਚਰਨਜੀਤ ਜੀ ਤੁਹਾਡੀ ਲਵ ਮੈਰਿਜ ਹੋਈ ਹੈ ਤੁਸੀਂ ਇਕੱਠੇ ਆਉਂਦੇ ਜਾਂਦੇ ਹੋ ਸੈਰ ਕਰਦੇ ਹੋ ਕੀ ਤੁਹਾਨੂੰ ਕਈ ਵਾਰ ਕਮੈਂਟ ਵੀ ਸੁਣਨੇ ਪਏ ਨੇ ਵੀ ਜਿਹੜੇ ਤੁਹਾਡੇ ਇੱਦਾਂ ਦੇ ਕਮੈਂਟ ਕੋਈ ਦੱਸੋ ਵੀ ਜਿਹੜੇ ਤੁਹਾਨੂੰ ਯਾਦਗਾਰ ਬਣ ਗਏ ਹੁਣ ਤੁਹਾਡੇ ਲਈ ਹਾਂ ਇਹ ਉਸ ਵੇਲੇ ਦੀ ਗੱਲ ਆ ਉਦੋਂ ਮੈਂ ਟੀਚਿੰਗ ਪ੍ਰੋਫੈਸ਼ਨ 'ਚ ਨਹੀਂ ਸੀ ਆਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਨੋਨ ਟੀਚਿੰਗ ਦੇ ਵਿੱਚ ਮੈਂ ਜੋਬ ਕਰਦੀ ਹੁੰਦੀ ਸੀ ਉਸੇ ਡਿਪਾਰਟਮੈਂਟ ਦੇ ਵਿੱਚ ਡਾਕਟਰ ਸਾਹਿਬ ਦੇ ਪਾਸ ਫੈਲੋਸ਼ਿਪ ਸੀ ਅਤੇ ਇਹ ਆਪਦੇ ਗਾਈਡ ਦੇ ਕਮਰੇ ਦੇ ਵਿੱਚ ਬੈਠਿਆ ਕਰਦੇ ਸੀ ਅਤੇ ਮੈਂ ਜਦੋਂ ਲੰਚ ਲੈ ਕੇ ਆਇਆ ਕਰਦੀ ਸੀ ਅਤੇ ਅਸੀਂ ਇਕੱਠੇ ਉਸ ਕਮਰੇ ਦੇ ਵਿੱਚ ਬੈਠ ਕੇ ਖਾਣਾ ਖਾਇਆ ਕਰਦੇ ਸੀ ਅਤੇ ਇੱਥੇ ਸੀਸੀ ਵਿਭਾਗ ਦੇ ਵਿੱਚ ਹੀ ਡਾਕਟਰ ਮਨਮੋਹਨ ਕੇਸਰ ਹੁੰਦੇ ਸੀ ਅਤੇ ਉਹਨਾਂ ਨੇ ਇਹਦੇ ਗਾਈਡ ਪਾਸ ਸ਼ਿਕਾਇਤ ਲਾਈ ਕਿ ਦੇਖੋ ਡਾਕਟਰ ਖਹਿਰਾ ਇਹ ਜਿਹੜਾ ਮੁੰਡਾ ਤੁਹਾਡੇ ਨਾਲ ਰਿਸਰਚ ਕਰਦਾ ਨਾ ਇਸ ਦਾ ਆਪਾਂ ਨੂੰ ਸ਼ਿਕੰਜਾ ਕੱਸਣਾ ਪਊਗਾ ਅਤੇ ਉਹ ਕਹਿੰਦੇ ਵੀ ਕੀ ਗੱਲ ਹੋ ਗਈ ਮੁੰਡਾ ਠੀਕ ਹੈ ਨਹੀਂ ਨਹੀਂ ਇਹਦਾ ਪੜ੍ਹਾਈ ਲਿਖਾਈ ਵੱਲ ਬਹੁਤਾ ਧਿਆਨ ਨਹੀਂ ਹੈ ਅਤੇ ਜਦੋਂ ਡਾਕਟਰ ਖਹਿਰਾ ਨੇ ਪੁੱਛਿਆ ਵੀ ਕੀ ਗੱਲ ਵੀ ਨਹੀਂ ਮੁੰਡੇ 'ਚ ਕੋਈ ਨੁਕਸ ਹੈ ਨਹੀਂ ਐਸਾ ਉਹ ਕਹਿੰਦੇ ਮੈਂ ਰੋਜ਼ ਦੇਖਦਾ ਇੱਥੇ ਇੱਕ ਲੜਕੀ ਆਉਂਦੀ ਹੈ ਐਸੇ ਹੀ ਦਫ਼ਤਰ ਦੇ ਵਿੱਚ ਲੱਗੀ ਹੋਈ ਹੈ ਰੋਜ਼ ਉਸ ਦੇ ਨਾਲ ਤੁਹਾਡੇ ਹੀ ਕਮਰੇ 'ਚ ਬੈਠ ਕੇ ਖਾਣਾ ਖਾਂਦਾ ਇੱਕੋ ਇਸ਼ਾਰੇ ਦੇ ਨਾਲ ਉਹਦੇ ਨਾਲ ਉੱਠ ਕੇ ਚਲਾ ਜਾਂਦਾ ਅਤੇ ਕੌਫੀ ਹਾਊਸ ਦੇ ਵਿੱਚ ਬੈਠ ਕੇ ਇਹ ਚਾਹ ਵੀ ਇਕੱਠੇ ਪੀਂਦੇ ਨੇ ਅਤੇ ਫਿਰ ਡਾਕਟਰ ਖਹਿਰਾ ਨੇ ਦੱਸਿਆ ਅੱਛਾ ਅੱਛਾ ਕਹਿੰਦੇ ਤੂੰ ਚਰਨਜੀਤ ਦੀ ਗੱਲ ਤਾਂ ਨਹੀਂ ਕਰ ਰਿਹਾ ਉਹ ਕਹਿੰਦੇ ਉਹ ਕੌਣ ਹੈ ਉਹ ਕਹਿੰਦੇ ਇਹਨਾਂ ਦੀ ਇੱਕ ਬੇਟੀ ਵੀ ਹੈ ਉਹ ਇਹਨਾਂ ਦੀ ਵਾਈਫ ਹੈਗੀ ਨਹੀਂ ਅਸਲ 'ਚ ਨਾ ਕਾਰਨ ਇਹ ਸੀਗਾ ਕਿ ਮਾ ਕੇ ਨਾ ਜਿਵੇਂ ਆਮ ਕਰਕੇ ਨਾ ਵਿਆਹੀਆਂ ਹਾਰ ਸ਼ਿੰਗਾਰ ਕਰਦੀਆਂ ਨੇ ਸੁਰਖੀ ਬਿੰਦੀ ਲਾਉਂਦੀਆਂ ਨੇ ਜਾਂ ਹੁਣ ਮੇਰਾ ਖਿਆਲ ਤੁਹਾਡੀ ਮੈਰਿਜ ਨੇ ਵੀ ਚੂੜਾ ਪਾਇਆ ਹੋਇਆ ਮੈਂ ਕਿ ਚੂੜਾ ਪਾਇਆ ਹੁੰਦਾ ਜਾਂ ਇਸ ਤੋਂ ਕਿ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਇਹਨਾਂ ਦੀ ਮੈਰਿਜ ਹੋਈ ਵੀ ਆ ਮੈਂ ਕਿ ਇਹ ਹੁਣ ਤਾਂ ਥੋੜ੍ਹੇ ਬਹੁਤੇ ਗਹਿਣੇ ਪਾ ਲੈਂਦੇ ਨੇ ਜਾਂ ਲਿਪਸਟਿਕ ਲਾ ਲੈਂਦੇ ਨੇ ਉਸ ਸਮੇਂ ਮਤਲਬ ਕਿ ਇਹਨਾਂ ਨੇ ਕਦੇ ਵੀ ਕੋਈ ਇਹੋ ਜਿਹਾ ਮੈਂ ਕਿ ਹਾਰ ਸ਼ਿੰਗਾਰ ਨਹੀਂ ਕੀਤਾ ਸੀ ਜਿੱਥੋਂ ਇਹ ਲੱਗੇ ਕਿ ਇਹਨਾਂ ਦੀ ਸ਼ਾਦੀ ਹੋਈ ਹੈ ਅਤੇ ਇਉਂ ਲੱਗਦਾ ਸੀ ਕਿ ਜਿਵੇਂ ਮੈਂ ਕਿ ਇੱਕ ਅਣਵਿਆਹੀ ਕੁੜੀ ਹੈਗੀ ਹੈ ਅਤੇ ਉਹ ਉਸ ਗੱਲ 'ਚੋਂ ਸ਼ਾਇਦ ਮੇਰੇ ਅਧਿਆਪਕਾਂ ਨੂੰ ਇਸ ਤਰ੍ਹਾਂ ਲੱਗਿਆ ਹੋਊਗਾ ਅਤੇ ਆਓ ਫਿਰ ਮਿਲਦੇ ਹਾਂ ਉਹਨਾਂ ਦੇ ਬੇਟੀਆਂ ਨੂੰ ਕਿ ਉਹ ਆਪਣੇ ਮੰਮੀ ਡੈਡੀ ਬਾਰੇ ਕੀ ਮਹਿਸੂਸ ਕਰਦੀਆਂ ਨੇ ਅਤੇ ਸਿੰਪਲ ਤੁਸੀਂ ਆਪਣੇ ਮੰਮੀ ਡੈਡੀ ਬਾਰੇ ਕੀ ਮਹਿਸੂਸ ਕਰਦੇ ਹੋ ਇਹਨਾਂ ਦੀ ਲਵ ਮੈਰਿਜ ਹੋਈ ਹੈ ਤੁਸੀਂ ਕੀ ਸੋਚਦੇ ਹੋ ਇਹਨਾਂ ਬਾਰੇ ਜੀ ਐਕਚੁਲੀ ਸਾਨੂੰ ਤਾਂ ਇਹਦੇ ਬਾਰੇ ਕੁਛ ਇੰਨਾ ਫੀਲ ਨਹੀਂ ਹੁੰਦਾ ਕਿਉਂਕਿ ਸਾਡੇ ਤਾਂ ਹੋਣ ਤੋਂ ਪਹਿਲਾਂ ਹੀ ਇਹ ਸਾਰਾ ਕੁਛ ਵਾਪਰ ਚੁੱਕਿਆ ਸੀਗਾ ਪਰ ਹੁਣ ਜਿਵੇਂ ਅਸੀਂ ਨਿਊਜ਼ ਪੇਪਰ ਟੀ ਵੀ ਵਗੈਰਾ 'ਤੇ ਦੇਖਦੇ ਹਾਂ ਵੀ ਹਜੇ ਵੀ ਲੋਕ ਕਈ ਲਵ ਮੈਰਿਜਸ ਨੂੰ ਸਹੀ ਨਹੀਂ ਸਮਝਦੇ ਅਤੇ ਮੈਨੂੰ ਲੱਗਦਾ ਵੀ ਉਸ ਜ਼ਮਾਨੇ 'ਚ ਤਾਂ ਇਹਨਾਂ ਨੂੰ ਬਹੁਤ ਹੀ ਮੁਸ਼ਕਿਲਾਂ ਆਈਆਂ ਹੋਣਗੀਆਂ ਫਿਰ ਇਸ ਕਰਕੇ ਵਧੀਆ ਹੀ ਲੱਗਦਾ ਅੱਛਾ ਜੀ ਅਤੇ ਸਭ ਤੋਂ ਵਧੀਆ ਗਿਫਟ ਤੁਹਾਡੇ ਮੰਮੀ ਡੈਡੀ ਨੇ ਤੁਹਾਨੂੰ ਕੀ ਦਿੱਤਾ
ਦੇਖੋ ਗਿਫਟ ਤਾਂ ਲਾਈਕ ਸਾਨੂੰ ਇੰਨਾ ਵਧੀਆ ਪੜ੍ਹਾਇਆ, ਸਾਨੂੰ ਨਵੀਂ ਸੋਚ ਦਿੱਤੀ, ਸਾਨੂੰ ਜਨਮ ਦਿੱਤਾ, ਇਹ ਤਾਂ ਹੈ ਹੀ। ਪਰ ਇੱਕ ਜਿਵੇਂ ਓਲਡ ਸੇਇੰਗ ਹੈ ਕਿ ਇੱਕ ਫਾਦਰ ਆਪਣੇ ਡੋਟਰਸ ਨੂੰ ਜਾਂ ਆਪਣੇ ਬੱਚਿਆਂ ਨੂੰ ਸਭ ਤੋਂ ਵਧੀਆ ਗਿਫਟ ਇਹੀ ਦੇ ਸਕਦਾ ਕਿ ਉਹਨਾਂ ਦੀ ਮਦਰ ਨਾਲ ਬਹੁਤ ਜ਼ਿਆਦਾ ਪਿਆਰ ਕਰਕੇ। ਪਰ ਇਹ ਤਾਂ ਮੈਨੂੰ ਲੱਗਦਾ ਮੇਰੇ ਦੋਨਾਂ ਪੇਰੈਂਟਸ ਨੇ ਸਾਨੂੰ ਇਹੀ ਸਭ ਤੋਂ ਵਧੀਆ ਗਿਫਟ ਦਿੱਤਾ ਕਿ ਉਹ ਆਪਸ ਬਹੁਤ ਪਿਆਰ ਕਰਦੇ ਨੇ ਅਤੇ ਇੱਕ ਦੂਸਰੇ ਦੀ ਬਹੁਤ ਰਿਸਪੈਕਟ ਕਰਦੇ। ਲਵ ਬਰਡ ਨੇ ਹੈ, ਲਵ ਬਰਡ ਤਾਂ ਨਹੀਂ ਕਹਿ ਸਕਦੇ, ਪਰ ਉਹਨਾਂ ਦੀ ਜੋ ਅੰਡਰਸਟੈਂਡਿੰਗ ਹੈ ਨਾ ਉਹ ਫਰੈਂਡਸ਼ਿਪ ਦੇ ਲੈਵਲ ਤੱਕ ਹੈ ਅਤੇ ਉਹੀ ਫਰੈਂਡਸ਼ਿਪ ਉਹ ਸਾਡੇ ਨਾਲ ਮੇਨਟੇਨ ਕਰਕੇ ਰੱਖਦੇ ਨੇ। ਅੱਛਾ ਜੀ, ਅਤੇ ਤੁਹਾਡੇ ਮੰਮੀ ਡੈਡੀ ਦੀ ਸੋਚ ਬਹੁਤ ਅਗਾਂਹ ਵਧੂ ਹੈ, ਉਹਨਾਂ ਨੇ ਤੁਹਾਨੂੰ ਵੀ ਉਹਨੀ ਫਰੀਡਮ ਦਿੱਤੀ ਹੋਈ ਹੈ ਵੀ ਹਾਂ ਤੁਸੀਂ ਆਪਣੇ ਲਾਈਫ 'ਤੇ ਕੋਈ ਵੀ ਡਿਸੀਜ਼ਨ ਲੈ ਸਕਦੇ ਹੋ? ਹਾਂਜੀ, ਹਲੇ ਤੱਕ ਤਾਂ ਜਿੰਨੇ ਵੀ ਡਿਸੀਜ਼ਨ ਨੇ, ਜਿਵੇਂ ਕਿ ਮੇਰੇ ਪੇਰੈਂਟਸ ਚਾਹੁੰਦੇ ਸੀਗੇ ਕਿ ਮੈਂ ਆਰਟਸ ਨਾਲ ਅੱਗੇ ਪਰਸ਼ੂ ਕਰਾਂ, ਹਾਂਜੀ, ਪਰ ਉਹਨਾਂ ਨੇ ਉਹ ਚਾਹੁੰਦੇ ਸੀ, ਉਹ ਐਂ ਚਾਹੁੰਦੇ ਸੀ ਕਿ ਮੈਂ ਉਹਨਾਂ ਦੀ ਫੀਲਡ 'ਚ ਹੀ ਜਾਵਾਂ, ਪਰ ਮੈਂ ਚਾਹੁੰਦੀ ਸੀ ਕਿ ਮੈਂ ਸਾਇੰਸ 'ਚ ਜਾਵਾਂ। ਪਰ ਉਹਨਾਂ ਨੇ ਮੈਨੂੰ ਕਦੇ ਵੀ ਐਵੇਂ ਨਹੀਂ ਕਿਹਾ ਕਿ ਤੂੰ ਨਾ ਜਾ, ਉਹਨਾਂ ਨੇ ਬਸ ਮੈਨੂੰ ਸਪੋਰਟ ਹੀ ਕੀਤਾ ਕਿ ਜੇ ਤੂੰ ਸਾਇੰਸ ਪੜ੍ਹਨਾ ਚਾਹੁੰਦੀ ਹੈ ਜਾਂ ਫਿਰ ਤੂੰ ਬੀ ਫਾਰਮੇਸੀ ਕਰਨਾ ਚਾਹੁੰਦੀ ਹੈ, ਹਾਂਜੀ, ਤਾਂ ਉਹਨਾਂ ਨੇ ਮੈਨੂੰ ਹਮੇਸ਼ਾ ਉਸੇ ਲਈ ਉਤਸ਼ਾਹਿਤ ਕੀਤਾ ਕਿ ਮੈਨੂੰ ਇਹੀ ਕਰਨਾ ਚਾਹੀਦਾ ਜੋ ਮੇਰਾ ਦਿਲ ਕਹਿੰਦਾ। ਠੀਕ ਹੈ, ਅਤੇ ਬੇਟਾ ਤੈਨੂੰ ਆਪਣੀ ਮੰਮੀ ਡੈਡੀ 'ਚੋਂ ਦੋਵਾਂ 'ਚ ਸਭ ਤੋਂ ਵਧੀਆ ਕਿਹੜੇ ਲੱਗਦੇ ਨੇ? ਮੈਨੂੰ ਤਾਂ ਦੋਵੇਂ ਹੀ ਬਹੁਤ ਅੱਛੇ ਲੱਗਦੇ ਹੈ। ਜ਼ਿਆਦਾ ਪਿਆਰ ਕੌਣ ਦਿੰਦਾ? ਦੋਨੋਂ ਹੀ। ਦੋਨੋਂ ਹੀ? ਅਤੇ ਡਾਕਟਰ ਸਾਹਿਬ ਅਤੇ ਚਰਨਜੀਤ ਜੀ, ਤੁਸੀਂ ਸਾਡੇ ਲਈ ਆਪਣਾ ਕੀਮਤੀ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ।